ਆਹ ਕਾੜਾ ਲੱਗੀਆਂ ਦੋਵੇਂ ਉਹਦੀ ਆਰ ਕੇ ਸਾਰੇ ਅੰਦਰ ਗੋਲੀਆਂ ਮਾਰ ਕੇ ਡਰਾਈਵਰ ਨੂੰ ਭੱਜ ਗਏ ਡਰਾਈਵਰ ਨੇ ਗੱਡੀ ਧੱਕੇ ਨਾਲ ਮਾਰ ਆਉਂਦੇ ਅੰਦਰ ਚਾਚੇ ਵਾਲੀ ਮੇਰੇ ਵਾਲੀ ਗੱਡੀ ਗਾੜੀ ਲੰਘ ਗਈ ਉਹਨਾਂ ਗੱਡੀ ਲਾ ਕੇ ਟਾਇਰ ਪਾੜਤਾ ਉਹਨੇ ਆਪਣੇ ਮਾਲਕ ਘਰੋਂ ਸੱਦਿਆ ਵਾ ਜੀ ਸਾਰੀ ਆਰਤੀ ਨੇ ਗੋਲੀਆਂ ਮਾਰੀਆਂ ਹੁੰਦੇ ਆ ਤੇ ਮੁੜ ਕੇ ਭੱਜ ਗਏ ਜੀ ਡਰਾਈਵਰ ਰਿਹਾ ਹੱਥ ਜੋੜਦਾ ਪਰ ਸਾਹਮਣੇ ਵਾਲੇ ਨੇ ਚਲਾਤੀ ਗੋਲੀ ਵੇਖੋ ਕਿਵੇਂ ਛੋਟੀ ਜਿਹੀ ਗੱਲ ਪਿੱਛੇ ਕਰਤਾ ਇਸ ਡਰਾਈਵਰ ਦਾ ਕਤਲ ਤਾਂ ਦੱਸ ਦੇ ਕਿ ਕਣਕ ਉਤਾਰਦੇ ਸਮੇਂ ਇੱਕ ਟਰੱਕ ਦੂਸਰੇ ਦੇ ਨਾਲ ਥੋੜ੍ਹਾ ਜਿਹਾ ਲੱਗ ਜਾਂਦਾ ਜਿਸ ਕਾਰਨ ਉਸਦਾ ਟਾਇਰ ਫਟ ਜਾਂਦਾ ਤਾਂ ਇਹ ਟਰੱਕ ਡਰਾਈਵਰ ਆਪਣੇ ਸਾਥੀ ਨੂੰ ਫੋਨ ਕਰਕੇ ਬੁਲਾ ਲੈਂਦਾ ਤਾਂ ਮੌਕੇ 'ਤੇ ਫਿਰ ਆਪਸ ਦੇ ਵਿੱਚ ਝਗੜਨਾ ਸ਼ੁਰੂ ਕਰ ਦਿੰਦੇ ਨੇ ਤਾਂ ਟਰੱਕ ਡਰਾਈਵਰ ਉਹਨਾਂ ਨੂੰ ਕਹਿੰਦਾ ਕਿ ਉਹ ਉਹਨਾਂ ਦੀ ਭਰਪਾਈ ਕਰ ਦੇਵੇਗਾ ਇਸ ਤੋਂ ਵੀ ਉਹ ਖੁਸ਼ ਨਹੀਂ ਹੁੰਦੇ ਤਾਂ ਮੌਕੇ 'ਤੇ ਉਸਦਾ ਸਾਥੀ ਗੱਡੀ ਦੇ ਵਿੱਚੋਂ ਰਿਵਾਲਵਰ ਕੱਢ ਕੇ ਲਿਆਉਂਦਾ ਅਤੇ ਹਮਲਾਵਰ 'ਤੇ 3 ਫਾਇਰ ਕਰ ਦਿੰਦਾ ਜਿਸ ਤੋਂ ਬਾਅਦ ਇੱਕ ਗੋਲੀ ਉਸ ਡਰਾਈਵਰ 'ਤੇ ਲੱਗ ਜਾਂਦੀ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੋਲੀ ਚਲਾਉਣ ਵਾਲਾ ਹਰਪਾਲ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਗੁੱਸੇ ਦੇ ਵਿੱਚ ਆਏ ਬਾਕੀ ਡਰਾਈਵਰਾਂ ਨੇ ਫਿਰ ਹਰਪਾਲ ਦੀ ਗੱਡੀ ਦੇ ਉੱਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸਦੇ ਨਾਲ ਆਏ ਸਾਥੀ ਦੀ ਵੀ ਗੱਡੀ ਦੀ ਭੰਨ ਤੋੜ ਕੀਤੀ ਤਾਂ ਮੌਕੇ 'ਤੇ ਫਿਰ ਪੁਲਿਸ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਅਤੇ ਹਾਲਾਤਾਂ 'ਤੇ ਕਾਬੂ ਪਾਇਆ ਜਾਂਦਾ ਹੈ ਤਾਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੱਖਣ ਡਰਾਈਵਰ ਦੇ ਪਰਿਵਾਰ ਅਤੇ ਮੌਕੇ 'ਤੇ ਡਰਾਈਵਰਾਂ ਨੇ ਦੱਸਿਆ ਕਿ ਗੋਦਾਮਾਂ ਦੇ ਵਿੱਚੋਂ ਦੋਨੋਂ ਡਰਾਈਵਰ ਕਣਕ ਉਤਾਰਨ ਦੇ ਲਈ ਟਰੱਕ ਅੰਦਰ ਲੈ ਕੇ ਆ ਰਹੇ ਸੀ ਤਾਂ ਟਰੱਕ ਦੇ ਨਾਲ ਟਰੱਕ ਲੱਗ ਜਾਂਦਾ ਹੈ ਜਿਸ ਕਾਰਨ ਦੂਸਰੇ ਡਰਾਈਵਰ ਦਾ ਟਾਇਰ ਫਟ ਜਾਂਦਾ ਹੈ ਜਿਸ ਕਰਕੇ ਉਹ ਸਾਰਾ ਝਗੜਾ ਸ਼ੁਰੂ ਹੋਇਆ ਤਾਂ ਮੱਖਣ ਡਰਾਈਵਰ ਨੇ ਉਸਨੂੰ ਕਿਹਾ ਕਿ ਮੈਂ ਪੈਸੇ ਭਰ ਦਿੰਦਾ ਹਾਂ ਪਰ ਦੂਸਰੇ ਡਰਾਈਵਰ ਨੇ ਉਸਦੀ ਇੱਕ ਨਾ ਸੁਣੀ ਜਿਸ ਤੋਂ ਬਾਅਦ ਉਸਦੇ ਸਾਥੀ ਹਰਪਾਲ ਨੂੰ ਫੋਨ ਕੀਤਾ ਤਾਂ ਹਰਪਾਲ 2 ਗੱਡੀਆਂ ਲੈ ਕੇ ਮੌਕੇ 'ਤੇ ਪਹੁੰਚਦਾ ਹੈ ਜਿਸ ਤੋਂ ਬਾਅਦ ਉਹ ਉਸਦੇ ਨਾਲ ਬਹਿਸ ਕਰਨ ਲੱਗ ਜਾਂਦਾ ਅਤੇ ਫਿਰ ਗੱਡੀ ਦੇ ਵਿੱਚੋਂ ਰਿਵੋਲਵਰ ਕੱਢਦਾ ਹੈ ਅਤੇ ਉਸਤੇ ਗੋਲੀਆਂ ਚਲਾ ਦਿੰਦਾ ਜਿਸ ਕਾਰਨ ਇਸ ਡਰਾਈਵਰ ਦੀ ਮੌਤ ਹੋ ਗਈ ਤਾਂ ਉਸਨੂੰ ਹਸਪਤਾਲ ਵੀ ਲਿਜਾਂਦਾ ਗਿਆ ਤਾਂ ਹੁਣ ਪੂਰੇ ਮਾਮਲੇ ਦੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਰ ਗੱਡੀ ਨਾਲ ਗੱਡੀ ਮਾੜੀ ਜਿਹੀ ਲੱਗੀ ਆ ਉਹਦਾ ਟਾਇਰ ਪਾੜਤਾ ਮੇਰੇ ਭਰਾ ਵਾਲੀ ਗੱਡੀ ਦਾ ਉਹ ਗੱਡੀ ਦਾ ਮਾੜਾ ਬੰਪਰ ਭੱਜ ਗਿਆ ਜੇ ਉਹਨੇ ਕਿਹਾ ਟਾਇਰ ਪਾੜ ਗਿਆ ਫੈਸਲਾ ਕਰ ਦੇਣੇ ਮੇਰਾ ਭਰਾ ਨੇ ਹੱਥ ਜੋੜਿਆ ਗਾੜੀ ਆੜਤੀ ਨੇ ਆਣ ਕੇ ਪਿਸਤੌਲ ਕੱਢ ਕੇ ਤੇ ਗੋਲੀਆਂ ਮਾਰਤੀਆਂ ਤਿੰਨ ਸੱਦਿਆ ਆਪਣੇ ਆੜਤੀਆਂ ਨੂੰ ਮਾਰ ਕੀ ਨਾਂ ਆਹ ਗੱਲ ਹੋਈ ਸਾਜਣ ਕਹਿੰਦੇ ਸਰ ਸਾਜਣ ਕੀ ਨਾਮ ਜਿਹਨਾਂ ਨੇ ਸੱਦੇ ਉਹ ਹਰਪਾਲ ਹੈ ਹਾਂਜੀ ਚਲੋ ਉੱਥੇ ਚੱਲੀਏ ਰਾਜੀਨਾਮਾ ਕਰਨਾ ਪੋਸਤਾ ਨਾ ਸਾਹਮਣੇ ਆ ਕੇ ਦੱਸਿਆ ਹੁਣ ਮੈਂ ਵੱਡਾਂਗਾ ਉਹਨੂੰ ਇੱਥੇ ਹੀ ਰੋਡ 'ਚ ਗੱਡੀ ਬਣ ਲੱਗੇ ਇਹਨਾਂ ਦੀ ਗੱਡੀ ਗੇਟ 'ਚ ਠੀਕ ਹੈ ਉਸ ਤੋਂ ਬਾਅਦ ਇਹ ਮੁੰਡਾ ਆਇਆ ਇਹਦੀ ਗੱਡੀ ਗਲਤ ਇਹਨੇ ਪਿਛਲੇ ਟਾਇਰਾਂ 'ਚ ਮਾੜੀ ਉਹਦੀ ਗੱਡੀ ਆ ਗਈ ਠੀਕ ਹੈ ਬੈਂਸਾ ਦਿਖਾਈ ਹੋਈ ਉਹਨੇ ਫੋਨ ਕੀਤਾ ਤੇ ਮੁੰਡੇ ਆ ਕੇ ਕਾਰ ਲੈ ਕੇ ਇਹਨੇ ਪੁੱਛਿਆ ਕਿਸੇ ਕੋਲ ਨਹੀਂ ਆਣ ਕੇ ਰਿਵਾਲਵਰ ਕੱਢੇ ਤੇ ਠਾੜ ਠਾੜ ਗੋਲੀਆਂ ਚਲਾ ਤੀਆਂ ਗੱਡੀ ਚਲੋ ਦੇਖੋ ਅੱਗੇ ਕੀ ਕਾਰਵਾਈ ਕਰਦੇ ਹੁਣ ਜਾ ਕੇ ਪਤਾ ਲੱਗੋ ਮੁੰਡੇ ਦੀ ਤੇ ਆਨਲਾਈਨ ਤਿਆਰ ਹੋ ਗਈ ਹੈਲੋ